ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਕੁਝ ਫਿਲਮਾਂ ਦੀ OTT ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਨੂੰ ਪੂਰਾ ਵੇਖਿਓ। ਗੱਲ ਕਰੀਏ ਪੰਜਾਬੀ ਮੂਵੀ ਚਿੜੀਆਂ ਦਾ ਚੰਬਾ, ਜੋ ਪਿਛਲੇ ਸਾਲ 13 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਇਸ ਮੂਵੀ ਦੇ ਵਿੱਚ ਸਰਨ ਕੌਰ, ਅਮਾਇਰਾ ਦਸਤੂਰ, ਰੱਬ ਗਰੇਵਾਲ, ਪਵਨ ਪਵਾਰ, ਸ਼ਿਵਜੋਤ, ਯੋਗਰਾਜ ਸਿੰਘ, ਬਲਵਿੰਦਰ ਬੁਲਟ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਸ ਮੂਵੀ ਦੀ ਕਹਾਣੀ ਪ੍ਰੇਮ ਸਿੰਘ ਸਿੱਧੂ ਨੇ ਲਿਖੀ ਸੀ ਅਤੇ ਉਹਨਾਂ ਵੱਲੋਂ ਹੀ ਇਹ ਮੂਵੀ ਨੂੰ ਡਾਇਰੈਕਟ ਵੀ ਕੀਤਾ ਗਿਆ ਸੀ। ਇਹ ਗੱਲ ਕਰੀਏ ਮੂਵੀ ਦੀ ਕਹਾਣੀ ਬਾਰੇ, ਤਾਂ ਕਹਾਣੀ ਹੈ ਚਾਰ ਕੁੜੀਆਂ ਦੀ ਜ਼ਿੰਦਗੀ ਦੇ ਆਧਾਰਿਤ, ਜੋ ਲੋਕਾਂ ਤੋਂ ਜ਼ਰਾ ਹਟ ਕੇ ਜੀਣਾ ਚਾਹੁੰਦੇ ਨੇ ਪਰ ਲੋਕ ਉਹਨਾਂ ਨੂੰ ਜੀਣ ਦੇਣਾ ਚਾਹੁੰਦੇ। ਉਹਨਾਂ ਨੇ ਕੀ ਕੁਝ ਜ਼ਿੰਦਗੀ ਕੀਤਾ, ਇਹ ਸਭ ਦਿਖਾਇਆ ਜਾਊਗਾ। ਫਿਲਮ ਦੀ ਸਿਨੇਮਾ ਘਰਾਂ ਵਿੱਚ ਵਧੀਆ ਕਾਰੋਬਾਰ ਕਰਨ ਤੋਂ ਬਾਅਦ ਇਹ ਮੂਵੀ ਹੁਣ OTT 'ਤੇ ਆਉਣ ਨੂੰ ਤਿਆਰ ਹੈ। ਤੁਸੀਂ ਖੁਦ ਜਾਣਦੇ ਹੋ ਕਿ ਇਸ ਨੂੰ ਰਿਲੀਜ਼ ਹੋਈ ਲਮਸਮ 1 ਸਾਲ ਹੋ ਗਿਆ ਹੈ। 1 ਸਾਲ ਦੇ ਬਾਅਦ ਇਹ ਮੂਵੀ OTT 'ਤੇ ਆਉਣ ਜਾ ਰਹੀ ਹੈ। ਇਸ ਮੂਵੀ ਦੇ OTT ਰਾਈਟ ਚੌਪਾਲ ਨੇ ਐਕਵਾਇਰ ਕਰ ਲਏ ਨੇ। ਇਹ ਚੌਪਾਲ ਦੀ ਕਮਿੰਗ ਸੂਨ ਦੀ ਲਿਸਟ ਵਿੱਚ ਐਡ ਕਰ ਲਈ ਗਈ ਆ। ਆ ਪੋਸਟ ਜੋ ਚੌਪਾਲ ਵੱਲੋਂ ਸਾਂਝੀ ਕੀਤੀ ਗਈ ਆ, ਤੁਸੀਂ ਦੇਖ ਸਕਦੇ ਜੇ। ਗੱਲ ਕਰੀਏ ਦੂਜੀ ਮੂਵੀ ਜੇ ਜੱਟ ਵਿਗੜ ਗਿਆ, ਇਹ ਮੂਵੀ 17 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ। ਇਸ ਮੂਵੀ ਦੇ ਵਿੱਚ ਜੈ ਰੰਧਾਵਾ ਅਤੇ ਦੀਪ ਸਹਿਗਲ ਦੀ ਜੋੜੀ ਸਾਨੂੰ ਦੇਖਣ ਨੂੰ ਮਿਲੀ ਹੈ। ਸਿਨੇਮਾ ਘਰਾਂ ਵਿੱਚ ਇਹ ਮੂਵੀ ਨੇ ਬਹੁਤ ਵਧੀਆ ਕਾਰੋਬਾਰ ਕੀਤਾ ਸੀ। ਹੁਣ ਕੁਛ ਇਸ਼ੂ ਚੱਲ ਰਹੇ ਸੀ, ਇਸ ਕਰਕੇ ਇਹ ਮੂਵੀ ਅਜੇ ਤੱਕ OTT 'ਤੇ ਨਹੀਂ ਆਈ। ਹੁਣ ਇਸ ਦੇ ਇਸ਼ੂ ਸਭ ਨਿਪਟ ਗਏ ਨੇ। ਚੌਪਾਲ ਨੇ ਇਸ ਮੂਵੀ ਨੂੰ ਕਮਿੰਗ ਸੂਨ ਦੇ ਵਿੱਚ ਐਡ ਕਰ ਲਿਆ ਹੈ। ਇੱਕ ਸੂਤਰ ਦੁਆਰਾ ਦੱਸਿਆ ਗਿਆ ਹੈ ਕਿ ਇਹ ਮੂਵੀ ਦੇ ਰਿਲੀਜ਼ ਲਈ 2 ਤਰੀਕਾਂ ਫਾਈਨਲ ਕੀਤੀਆਂ ਜਾ ਰਹੀਆਂ ਨੇ। ਇੱਕ ਆ 17 ਅਕਤੂਬਰ ਅਤੇ ਦੂਜੀ ਤਰੀਕ ਆ 24 ਅਕਤੂਬਰ। ਇਹਨਾਂ ਦੋਵਾਂ ਤਰੀਕਾਂ ਵਿੱਚੋਂ ਇੱਕ 'ਤੇ ਇਹ ਮੂਵੀ 99% ਆ ਸਕਦੀ ਹੈ, 1% ਹੀ ਆ ਕਿ ਨਾ ਆ ਪਾਏ। ਅਤੇ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ, ਅੱਗੇ ਜੋ ਵੀ ਅਪਡੇਟ ਆਏਗੀ ਅਸੀਂ ਤੁਹਾਡੇ ਲਈ ਇੱਕਦਾਂ ਹੀ ਲੈ ਕੇ ਆਉਂਦੇ ਰਹਾਂਗੇ। ਧੰਨਵਾਦ।